ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟਰ ਸੈਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਤੇ ਚੈਨਲ ਦਾ ਵਟਸਐਪ ਨੰਬਰ ਕਰੋ ਜੀ ਨੋਟਸ ਸਕਰੀਨ ਤੇ ਵੀਰੇ ਜੇ ਕਿਸੇ ਵੀ ਨੇ ਕੋਠੀ ਦੀ ਮਕਾਨ ਦੀ ਜੇ ਕਿਸੇ ਵੀ ਤਰ੍ਹਾਂ ਦੀ ਐਡ ਕਰਉਣੀ ਹੈ ਜੀ ਵੇਚਣ ਵਾਸਤੇ ਤਾਂ ਵੀਰੇ ਜਿਹੜਾ ਨੰਬਰ ਆਪਣਾ ਸਕਰੀਨ ਤੇ ਜੀ ਇਸੇ ਨੰਬਰ ਤੇ 10 ਬਾਰਾ ਫੋਟੋਆਂ 2-3 ਮਿੰਟਾਂ ਦੀ ਵੀਡੀਓ ਤੇ ਬਾਕੀ ਦੀ ਜਾਣਕਾਰੀ ਆਪਣੇ ਇੱਕ ਬੇਨਤੀ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਕੋਠੀ ਦੀਆਂ ਮਕਾਨ ਦੀਆਂ ਫੋਟੋਆਂ ਭੇਜ ਦਿਓ ਉਹ ਫੋਨ ਨੂੰ ਟੈਡਾ ਕਰਕੇ ਬੜੀਆ ਸਾਫ਼ ਸੁਥਰੀਆਂ ਭੇਜਿਆ ਕਰੋ ਜੀ ਤੇ ਵੀਡੀਓ ਵੀ ਦੇਣੀ ਲਾਜ਼ਮੀ ਹੈ ਜੀ 2-3 ਮਿੰਟ ਦੀ ਵੀਡੀਓ ਅੰਦਰ ਬਾਹਰੋਂ ਸਾਰੇ ਕਿਤੋਂ ਭੇਜਿਆ ਕਰੋ ਜੀ ਤੇ ਜਾਣਕਾਰੀ ਸਾਰੀ ਦੱਸਿਆ ਕਰੋ ਤੇ ਅੱਗੇ ਆਪਾਂ ਕਰ ਦਾਂ ਜੀ ਵੀਡੀਓ ਸਟਾਰਟ ਆਪਣੀ ਅੱਜ ਆਪਣੇ ਕੋਲੇ ਕੋਠੀ ਪਹੁੰਚੀ ਹੈ ਜੀ ਬਿਕਾਊ ਲਈ ਕੋਠੀ ਪਹੁੰਚੀ ਹੈ ਜੀ ਤੇ ਜਲਦੀ ਵੇਚਣੀ ਹੈ ਜੀ ਥੋੜੀ ਪੈਸਾ ਦੀ ਲੋੜ ਹੈ ਤਾਂ ਕਰਕੇ ਜੀ ਤੇ ਕੋਠੀ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਜੀ ਕੋਠੀ ਪੈ ਜਾਂਦੀ ਹੈ ਜੀ ਆਹ ਮਲੇਰਕੋਟਲੇ ਏਰੀਆ 'ਚ ਰਾਈਕੋਟ ਰੋਡ ਦੇ ਉੱਤੇ ਜੀ 메ਨ ਰੋਡ ਦੇ ਉੱਤੇ ਕੋਠੀ ਹੈ ਜੀ ਤੇ ਬਹੁਤ ਵਧੀਆ ਕੋਠੀ ਹੈ ਜੀ ਸਾਰੀ ਤਿਆਰ ਹੈ ਜੀ ਤੇ ਬੇੜਾ ਬਹੁਤ ਵੱਡਾ ਜੀ ਤੇ ਖੁੱਲਾ ਡੁੱਲਾ ਜੀ ਤੇ ਸਾਰਾ ਪੱਕਾ ਜੀ ਕੋਠੀ ਦੇ ਅੰਦਰ ਬਾਹਰੋਂ ਸਾਰੇ ਮਾਰਬਲ ਪੱਥਰ ਲੱਗਿਆ ਹੋਇਆ ਜੀ ਵਧੀਆ ਰੂਮ ਨੇ ਵਧੀਆ ਸ਼ੀਸ਼ਾ ਵਗੈਰਾ ਦਾ ਸਾਰਾ ਕੰਮ ਹੋਇਆ ਜੀ ਕਿਚਨ ਦਾ ਸਾਰਾ ਕੰਮ ਹੋਇਆ ਜੀ ਤੇ ਪਸ਼ੂਆਂ ਵਾਸਤੇ ਇੱਕ ਪਾਸੇ ਬਣਿਆ ਹੋਇਆ ਬਾਥਰੂਮ ਬਣਿਆ ਹੋਇਆ ਜੀ ਬਾਥਰੂਮ ਦਾ ਸਾਰਾ ਕੰਮ ਹੋਇਆ ਜੀ ਤੇ ਕਿਚਨ ਆ ਜੀ ਬਹੁਤ ਸੋਹਣਾ ਬਹੁਤ ਵਧੀਆ ਜੀ ਤੇ ਸਾਰਾ ਕਿਚਨ ਤਿਆਰ ਹੈ ਜੀ ਰੂਮ ਵਧੀਆ ਜੀ ਮੇਨ ਗੇਟ ਲੱਗਿਆ ਹੋਇਆ ਜੀ ਪੂਰਾ ਹੈਵੀ ਤੇ ਰੋਡ ਦੇ ਉੱਤੇ ਆਹ ਕੋਠੀ ਹੈ ਜੀ ਤੇ ਇਹਦੀ ਡਿਮਾਂਡ ਹੈ ਜੀ 82 ਲੱਖ ਤੇ ਪੌੜੀਆਂ ਚੜਦੀਆਂ ਜੀ ਪੌੜੀਆਂ ਤੇ ਪੱਥਰ ਵਗੈਰਾ ਲੱਗਿਆ ਹੋਇਆ ਜੀ ਗਰੈਲ ਲੱਗੀ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਚੀਂ ਕਿਸੇ ਵੀ ਨੂੰ ਕੋਠੀ ਪਸੰਦ ਆਈ ਹੋਵੇ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਮਲੇਰਕੋਟਲੇ ਏਰੀਆ ਚ ਕੋਠੀ ਹੈ ਰਾਈਕੋਟ ਰੋਡ ਦੇ ਉੱਤੇ ਚੀ 82 ਲੱਖ ਡਿਮਾਂਡ ਹੈ ਜੀ ਤੇ ਮਾਲਕ ਦਾ ਨੰਬਰ ਕਰੋ ਜੀ ਨੋਟ 98764 09806 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰ ਲਿਓ ਜੀ ਤੇ ਜਾ ਕੇ ਦੇਖ ਲਓ ਤੇ ਕਿਸੇ ਨੂੰ ਪਸੰਦਾ ਵੀ ਕੋਠੀ ਤਾਂ ਡੀਲ ਕਰ ਸਕਦੋਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੋਠੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਮੇਰੇ ਦਰੂਰ ਦੱਸੋ ਜੀ ਵੀਡੀਓ ਵਧੀਆ ਲੱਗੇਵੇ ਲਾਈਕ ਕਰੋ ਸ਼ੇਅਰ ਕਰੋ ਸਪੋਰਟ ਕਰਿਆ ਕਰੋ ਜੀ ਜੈਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਜੀ ਉਹਨੂੰ ਆਲਟ ਸਰ ਕਰਕੇ ਜਰੂਰ ਦਬੋ ਜੀ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤੋਂ ਸੇ ਟਾਈਮ ਨਾਲ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਹੀ ਪਹੁੰਚ ਸਕੇ ਜੀ ਬਾਕੀ ਮਿਲਦਾ ਮੇਰੇ ਜਲਦੀ